ਅਮਰਦਾਸ ਅਸ ਪਗਬੰਦ ਰਾਮਦਾਸ ਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਸ੍ਰੀ ਗੁਰੂ ਗ੍ਰੰਥ ਬੰਦੋਂ ਕਰੇ ਹਨੂਰਾ ਏਕੰਕਾਰ ਸਤਗੁਰੂ ਤਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਦੇ ਕੀ ਫਤਹਿ ਬਿਗਨ ਬਿਨਾਸ਼ਨ ਸੋਏ ਏਕੰਕਾਰ ਸਤਗੁਰੂ ਤਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਣ ਸੋ ਇਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੀ ਸਰੀਰੁਤ ਸ੍ਰੀ ਨਾਨਕ ਅੰਗਦ ਅਮਰ ਉਰਾਮਦਾਸ ਅਰਜਨ ਹਰ ਗੋਬਿੰਦ ਹਰ ਰਾਏ ਗੁਰ ਹਰੀ ਕ੍ਰਿਸ਼ਨ ਫਗ ਮੰ ਸ਼੍ਰੀ ਨਾਨਕ ਅੰਗਦ ਅਮਰ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਪੂਰਨ ਪਰਮ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਤਨ ਤਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮਨੀ ਸਤਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏ ਮਾਨ ਗੁਰੂ ਜੀ ਦੀ ਪਿਆਰੀ ਸਾਜਿਨਵਾਦੀ ਸੰਗਤ ਜੀ ਸਤਿਗੁਰੂ ਜੀ ਨੇ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ ਆਪਾਂ ਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਮੌਕਾ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਜਿੱਥੇ ਆਪ ਜੀ ਸਭ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਹੋ ਉੱਥੇ ਇੰਗਲੈਂਡ ਵਿੱਚੋਂ ਲੰਡਨ ਵਿੱਚੋਂ ਭਾਈ ਵਰਦੀਪ ਸਿੰਘ ਜੀ ਬੜੇ ਪਿਆਰ ਨਾਲ ਬੰਤੇ ਨੇ ਇਹ ਸਥਾਨ ਨੂੰ ਲੱਭਣ ਵਾਸਤੇ ਇਹਨਾਂ ਨੂੰ ਬੜੀ ਖੇਚਲ ਕਰਨੀ ਪਈ ਦੀ ਬਹੁਤ ਦੂਰ ਦੂਰ ਤੱਕ ਘੁੰਮ ਕੇ ਫਿਰ ਕੇ ਬੜੀ ਮਿਹਨਤ ਨਾਲ ਇਹ ਸਥਾਨ ਲੱਭਿਆ ਇਹਨਾਂ ਨੇ ਪਿਛਲੀ ਵਾਰੀ ਵੀ ਆਏ ਲੱਭਿਆ ਨਹੀਂ ਲੱਭਿਆ ਇਸ ਵਾਰ ਇਹਨਾਂ ਨੂੰ ਲੱਭ ਗਿਆ ਜੀ ਜਹਾਂ ਚਾ ਵਹਾਂ ਰਾਹ ਜਿੱਥੇ ਬੰਦੇ ਦੀ ਚਾਹ ਨਾ ਹੋਵੇ ਨਾ ਜੀ ਰਸਤਾ ਆਪੇ ਹੀ ਬਣ ਜਾਂਦਾ ਜੀ ਜਿੱਥੇ ਚਾਹਨ ਨਹੀਂ ਹੁੰਦੀ ਜੀ ਇੱਛਾ ਨਹੀਂ ਹੁੰਦੀ ਜੀ ਉੱਥੇ ਰਸਤਾ ਵੀ ਨਹੀਂ ਬਣਦਾ ਜੀ ਸੋ ਇਹਨਾਂ ਦੇ ਮਾਤਾ ਜੀ ਕਿਰਪਾਲ ਕੌਰ ਜੀ ਸਾਰੇ ਹੀ ਸਾਰਾ ਪਰਿਵਾਰ ਹੀ ਲੰਡਨ ਦੇ ਵਿੱਚ ਬੈਠ ਕੇ ਗੁਰੂ ਜੀ ਦੀ ਕਥਾ ਸੁਣਦੇ ਹਨ ਗੁਰੂ ਜੀ ਮਿਹਰ ਕਰਨ ਆਪਣੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਆਓ ਹੁਣ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਕਥਾ ਤਨ ਤਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੰਤਰਜਾਮੀ ਗੁਰੂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਰਵਣ ਕਰ ਰਹੇ ਆ ਸੱਚੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਦਿਨੋ ਦਿਨ ਵੱਧਿਆ ਜੀ ਛੋਟੀ ਉਮਰ ਵਿੱਚ ਮਹਾਰਾਜ ਗੁਰਤਾਗੱਦੀ ਤੇ ਬੈਠ ਗਏ ਜੀ 9 ਸਾਲ ਦੀ ਉਮਰ ਵਿੱਚ 9 ਸਾਲ ਦੀ ਉਮਰ ਬਹੁਤ ਛੋਟੀ ਉਮਰ ਮੰਨੀ ਜਾਂਦੀ ਜੀ 9 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਸੱਜ ਕੇ ਬੜੇ ਬੜੇ ਵੱਡੇ ਕਾਰਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਔਰ ਬਹੁਤ ਛੇਤੀ ਗੁਰੂ ਜੀ ਦਾ ਤੇਜ ਪ੍ਰਤਾਪ ਵੱਧ ਗਿਆ ਜੀ ਮਹਾਰਾਜ ਜੀ ਦਾ ਤੇਜ ਪ੍ਰਤਾਪ ਵਧਿਆ ਸਤਿਗੁਰੂ ਜੀ ਦਾ ਜਸ ਵਧਿਆਈ ਦਿਨੋ ਦਿਨ ਵਧੀ ਜੀ ਕਵੀਆਂ ਉਹਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਕੋਲ ਰੱਖਦੇ ਨੇ ਜੀ ਬڑے-ਬڑے ਦੂਰੋਂ ਕਵੀ ਮਹਾਰਾਜ ਦੀਆਂ ਸਿਫਤਾਂ ਸੁਣ ਕੇ ਗੁਰੂ ਜੀ ਦੇ ਕੋਲ ਆਉਂਦੇ ਨੇ। ਮਹਾਰਾਜ ਉਹਨਾਂ ਨੂੰ ਫਿਰ ਵਡਿਆਈ ਬਖਸ਼ਿਸ਼ ਕਰਦੇ ਕੋਲ ਰੱਖਦੇ ਐ। ਕੁਵਰ ਨਾਮ ਦਾ ਇੱਕ ਕਵੀ ਔਰੰਗਜ਼ੇਬ ਤੋਂ ਜਾਨ ਬਚਾਉਣ ਵਾਸਤੇ ਆਨੰਦਪੁਰ ਸਾਹਿਬ ਆਇਆ ਜੀ। ਬੜਾ ਵੱਡਾ ਵਿਦਵਾਨ ਸੀਗਾ, ਉਹ ਵੀ ਉਹਦਾ ਪਿਤਾ ਵੀ ਬੜਾ ਵੱਡਾ ਵਿਦਵਾਨ ਸੀਗਾ ਜੀ। ਬਾਰੋਂ ਬਾਜ ਬੰਦ। ਉਦੇ ਪਿਤਾ ਨੂੰ ਗੁਰੂ ਜੀ ਸੱਚੇ ਪਾਤਸ਼ਾਹ ਚੰਗੀ ਤਰ੍ਹਾਂ ਜਾਣਦੇ ਸੀਗੇ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਉਸ ਕਵੀ ਨੂੰ ਆਪਣੇ ਚਰਨਾਂ ਵਿੱਚ ਰੱਖ ਲਿਆ ਉਸ ਜਮਾਨੇ ਵਿੱਚ 5 ਰੁਪਏ ਰੋਜ਼ ਮਹਾਰਾਜ ਨੂੰ ਦਿੰਦੇ ਹੁੰਦੇ ਸੀਗੇ ਜੀ ਉਸ ਜਮਾਨੇ ਵਿੱਚ ਜੀ ਬੜਾ ਹੀ ਵੱਡਾ ਜਸ ਤੇਜ ਪ੍ਰਤਾਪ ਗੁਰੂ ਜੀ ਦਾ ਜੀ ਸੰਗਤ ਦੀ ਆਪਾਂ ਮੁੱਖ ਜਿਹੜਾ ਕੰਮ ਹੈ ਨਾ ਕਥਾ ਦਾ ਮੁੱਖ ਕੰਮ ਕਥਾ ਦਾ ਇਹ ਹੁੰਦਾ ਵੀ ਗੁਰੂ ਜੀ ਦੀ ਵਡਿਆਈ ਅਸੀਂ ਸੁਣਨੀ ਹੈ ਮਹਾਰਾਜ ਦੀ ਸੋਭਾ ਸੁਣਨੀ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ ਜਿੱਥੇ ਗੁਰੂ ਜੀ ਦੀ ਸੋਭਾ ਸੁਣਨੀ ਹੈ ਉੱਥੇ ਫਿਰ ਗੁਰੂ ਜੀ ਦੀ ਸੋਭਾ ਸੁਣ ਸੁਣ ਕੇ ਆਪਣੇ ਹਿਰਦੇ ਵਿੱਚ ਵੀ ਬਸਾਉਣੀ ਹੈ ਜੀ ਜਦੋਂ ਗੁਰੂ ਜੀ ਦੀ ਸੋਭਾ ਸਾਡੇ ਹਿਰਦੇ 'ਚ ਬਸੇ ਫਿਰ ਉੱਠਦਿਆਂ ਬੈਠਦਿਆਂ ਗੁਰੂ ਜੀ ਦਾ ਹੀ ਧਿਆਨ ਰਹਿਣਾ ਜੀ ਮੈਨੂੰ ਇੱਕ ਸਿੰਘ ਕਹਿਣ ਲੱਗਾ ਕਹਿੰਦਾ ਵੀ ਜਦੋਂ ਮੈਂ ਮਹਾਰਾਜ ਦੀ ਕਥਾ ਸੁਣਦਾ ਨਾ ਤੇ ਬੱਸ ਫਿਰ ਹਰ ਸਮੇਂ ਕਥਾਈ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ ਤੇ ਧਿਆਨ ਗੁਰੂ ਜੀ ਦੇ ਚਰਨਾਂ ਵਿੱਚ ਲੱਗਾ ਰਹਿੰਦਾ ਹੈ ਕਹਿੰਦਾ ਹੁਣ ਕਥਾ ਇੰਨੀ ਸੁਣ ਲਈ ਹੈ ਵੀ ਜਦੋਂ ਕਿਸੇ ਸਥਾਨ ਉੱਤੇ ਜਾਈਏ ਉਸ ਸਥਾਨ ਦੀ ਸਾਰੀ ਕਥਾ ਚੇਤੇ ਆਉਣ ਲੱਗ ਪੈਂਦੀ ਹੈ ਵੇਖੋ ਜਿਹਦੇ ਹਿਰਦੇ ਚ ਗੱਲ ਵਸ ਗਈ ਦੀ ਹਾਂਜੀ ਉਹ ਜਿੱਥੇ ਜਾਏਗਾ ਉਹ ਗੁਰੂ ਦੀ ਗੱਲ ਕਰੇਗਾ ਗੁਰੂ ਦੀ ਵਡਿਆਈ ਕਰੇਗਾ ਕਹਿਣ ਵਾਲੇ ਦਾ ਵੀ ਭਲਾ ਜੀ ਤੇ ਜਿਹੜਾ ਉਹਦੇ ਮੱਖ ਤੋਂ ਗੁਰੂ ਦੀ ਵਡਿਆਈ ਸੁਨੇਗਾ ਉਹਦਾ ਵੀ ਭਲਾ ਜੀ ਇਸ ਕਰਕੇ ਇਸ ਕੰਮ ਵਿੱਚ ਫਾਇਦਾ ਹੀ ਫਾਇਦਾ ਜੀ ਲਾਭ ਹੀ ਲਾਭ ਜੀ ਮਹਾਰਾਜ ਸੱਤੇ ਪਾਸ਼ਾ ਜੀ ਦੇ ਘਰ ਵਿੱਚ ਚੌਥੇ ਸਹਿਬਜ਼ਾਦੇ ਦਾ ਜਨਮ ਹੋਇਆ ਜੀ ਉਹਦਾ ਨਾਮ ਮਹਾਰਾਜ ਸੱਤੇ ਪਾਸ਼ਾ ਨੇ ਬਾਬਾ ਫਤਿਹ ਸਿੰਘ ਜੀ ਰੱਖਿਆ ਜੀ ਗੁਰੂ ਘਰ ਵਿੱਚ ਸਾਰੇ ਸਹਿਬਜ਼ਾਦਿਆਂ ਦਾ ਪਿਆਰ ਹੈ ਸਾਰਿਆਂ ਦਾ ਸਤਿਕਾਰ ਹੈ ਪਰ ਸਭ ਤੋਂ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਖਾਨਾ ਜੀ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਫਿਰ ਬਾਬਾ ਮੋਹਰੀ ਜੀ ਬਾਬਾ ਮੋਹਣ ਜੀ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਸਹਿਬਜ਼ਾਦੇ ਬਾਬਾ ਮਹਾਦੇਵ ਜੀ ਬਾਬਾ ਪ੍ਰਥੀਆ ਜੀ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟੱਲ ਰਾਏ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਸਹਿਬ ਜادہ ਅਜੀਤ ਸਿੰਘ ਜੀ ਸਹਿਬ ਜادہ ਜੁਝਾਰ ਸਿੰਘ ਜੀ ਸਹਿਬ ਜادہ ਜੋਰਾਵਰ ਸਿੰਘ ਜੀ ਤੇ ਸਹਿਬ ਜادہ ਬਾਬਾ ਫਤੇ ਸਿੰਘ ਇੱਥੇ ਕੰਮ ਸੰਪੂਰਨ ਹੁੰਦਾ ਜੀ ਸਹਿਬ ਜادہ ਮੇਰਾ ਜੀ ਵੈਸੇ ਵੀ ਮਹਾਰਾਜ ਦਾ ਪਰਿਵਾਰ ਸੰਪੂਰਨ ਹੋ ਗਿਆ ਜੀ ਹਾ ਇੱਕ ਹਸਤੀ ਨੇ ਆਉਣਾ ਸਾਡੇ ਮਾਤਾ ਦੀ ਪੂਜਨੀਕ ਮਾਤਾ ਸਾਹਿਬ ਦੇਵਾ ਜੀ ਨੇ ਜੀ ਜਿਨ੍ਹਾਂ ਨੂੰ ਮਾਤਾ ਸਾਹਿਬ ਕੌਰ ਜੀ ਵੀ ਕਹਿੰਦੇ ਆ ਉਹਨਾਂ ਉਦੋਂ ਆਉਣਾ ਜਦੋਂ ਸਤਿਗੁਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰ ਦੇਣਾ ਜੀ ਕੱਲ੍ਹ ਆਪ ਜੀ ਨੇ ਸੁਣਿਆ ਦੋ ਦੋ ਰੁੱਤਾਂ ਇਸ ਗ੍ਰੰਥ ਦੀਆਂ ਸੰਪੂਰਨ ਹੋਈਆਂ ਅੱਜ ਤੀਸਰੀ ਰੁੱਤ ਕਿਉਂਕਿ ਇਸ ਗ੍ਰੰਥ ਦਾ ਨਾਮ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨਿੰਦਕ ਲਾਣਾ ਨਿੰਦਿਆ ਕਰਦਾ ਉਹਨਾਂ ਵਿਚਾਰਿਆਂ ਦਾ ਕਸੂਰ ਨਹੀਂ ਉਹਨਾਂ ਨੂੰ ਸਮਝ ਨਹੀਂ ਆ ਗਈ ਜੀ ਭਾਈ ਸੰਤੋਖ ਸਿੰਘ ਜੀ ਨੇ ਤਾਂ ਇਸ ਗ੍ਰੰਥ ਦਾ ਨਾਮ ਹੀ ਬੜਾ ਵਧੀਆ ਰੱਖਿਆ ਜੀ ਸਾਡੇ ਗੁਰੂ ਜੀ ਦਾ ਪ੍ਰਤਾਪ ਸੂਰਜ ਵਰਗਾ ਹੈ ਦੇਵੇਂ ਸੂਰਜ ਸਭ ਲਈ ਸਾਂਝਾ ਸਾਰਿਆਂ ਲਈ ਬਰਾਬਰ ਹੈ ਇਸੇ ਤਰ੍ਹਾਂ ਸਾਡੇ ਸਤਿਗੁਰੂ ਜੀ ਵੀ ਸਾਰਿਆਂ ਲਈ ਸਾਂਝੇ ਹਨ ਜੀ ਜੈਸੇ ਸੂਰ ਸਰਬ ਕੋ ਸੋਖ ਤੇ ਸੂਰ ਜਦੋਂ ਚੜਦਾ ਤੇ ਨਾਲ-ਨਾਲ ਰੁੱਤਾਂ ਵੀ ਬਦਲਦੀਆਂ ਜੀ ਅੰਦੀ ਸੂਰਜੇ ਕੋ ਰੁੱਤ ਅਨੇਕ ਛੇ ਰੁੱਤਾਂ ਦਾ ਜ਼ਿਕਰ ਆਇਆ ਜੀ ਛੇ ਰੁੱਤਾਂ ਦਾ ਜ਼ਿਕਰ ਹੁੰਦਾ ਜੀ ਉਹਨਾਂ ਵਿੱਚੋਂ ਦੋ ਰੁੱਤਾਂ ਦੀ ਕਥਾ ਹੋ ਗਈ ਦੀ ਇੱਕ ਚੈਪਟਰ ਨੇ ਦੀ ਛੇ ਚੈਪਟਰ ਵੱਖਰੇ ਸਨ ਦੋ ਦੀ ਹੋ ਗਈ ਹੈ ਹੁਣ ਚਾਰ ਦੀ ਰਹਿ ਗਈ ਹੈ ਅੱਜ ਤੀਸਰੀ ਰੁੱਤ ਦੀ ਕਥਾ ਆਰੰਭ ਹੋਏਗੀ ਮਹਾਰਾਜ ਜੀ ਦਾ ਜਸ ਸੁਣੀਏ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਰਸਨਾ ਬਾਂਜੀ ਨਾ ਰਹੇ ਸਾਰੇ ਬੋਲਿਓ ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਤਨ ਗੁਰੂ In the singer Sahib Anaguru Bind the Singer Sahib Dana Guru in the singer. Anaguru go in the singer Sahib. Dana Guru go in the singer Sahib. Dana Guru go in the singer Sahib. ਬਿੰਦ ਸਿੰਘ ਸਾਹਿਬ ਹਨ ਗੁਰੂ ਗੋਬਿੰਦ 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 ਸਿੰਘ ਸਾਹਿਬ ਇਹ ਵੀ ਕਹਿਣਾ ਬੰਦਗੀ ਦਾ ਰੂਪ ਧਾਰਨ ਕਰ ਲੈਂਦਾ ਜਦੋਂ ਹਿਰਦੇ 'ਚ ਪ੍ਰੇਮ ਹੋਵੇ ਜੀ ਤੁਹਾਡੇ ਅੰਦਰ ਪ੍ਰੇਮ ਹੈ ਇਹ ਕਹਿਣ ਦਾ ਵੀ ਤੁਹਾਡੀ ਸੁਰਤ ਜੁੜ ਜੇਗੀ ਤੀ ਸੋ ਆਓ ਹੁਣ ਆਪਾਂ ਕਥਾ ਸਰਵਣ ਕਰੀਏ ਤੀਸਰੀ ਰੁੱਤ ਦੀ ਕਥਾ ਆਰੰਭ ਹੁੰਦੀ ਹੈ ਬੜੇ ਹੀ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ਼੍ਰੀ ਗੁਰੂ ਸਾਹਿਬ ਜੀ ਸ਼੍ਰੀ ਨਾਨਕ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਰੰਭਤਾ ਕਰਦੇ ਭਾਈ ਸੰਤੋਖ ਸਿੰਘ ਜੀ ਵਾਹਿਗੁਰੂ ਪ੍ਰਮਾਤਮਾ ਇੱਕ ਹੈ ਗੁਰੂ ਜੀ ਦੀ ਪ੍ਰਾਪਤੀ ਵਾਹਿਗੁਰੂ ਗੁਰੂ ਜੀ ਦੀ ਮੇਰ ਨਾਲ ਉਸ ਦੀ ਪ੍ਰਾਪਤੀ ਹੋਏਗੀ ਜੀ ਗੁਰੂ ਦੀ ਮੇਰ ਮਿਲੇਗੀ ਕਿਵੇਂ ਜੀ ਗੁਰੂ ਦੀ ਮੇਰ ਮਿਲੇਗੀ ਸਿਮਰਨ ਕਰਨ ਨਾਲ ਵਾਹਿਗੁਰੂ 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 ਗੁਰੂ ਦੀ ਮੇਰ ਸਿਮਰਨ ਨਾਲ ਮਿਲਦੀ ਹੈ ਤੇ ਗੁਰੂ ਦੀ ਮੇਰ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਕੰਮ ਵਿੱਚ ਬੰਦੇ ਨੂੰ ਫਤਿਹ ਚਾਹੀਦੀ ਜੀ ਜਿਹਨੂੰ ਆਪਾਂ ਕਹਿੰਦੇ ਕਾਰਜ ਰਾਸ ਹੋ ਗਿਆ ਕਾਰਜ ਸਫਲਾ ਹੋ ਗਿਆ ਇਹ ਫਤਿਹ ਹੈ ਹੁਣ ਭਾਈ ਵਰਦੀਪ ਸਿੰਘ ਕਿੰਨੀ ਦੂਰੋਂ ਦੂਰੋਂ ਲੱਭ ਕੇ ਗੁਰਦੁਆਰਾ ਆਏ ਦੀ ਫਤਿਹ ਹੋ ਗਈ ਜੀ ਲੱਭ ਗਿਆ ਕਾਰਜ ਸਫਲਾ ਹੋ ਗਿਆ ਜੀ ਕਹਿੰਦੇ ਕਾਰਜ ਵੀ ਉਹਦੇ ਮੇਰ ਕਰਕੇ ਹੀ ਸਫਲਾ ਹੁੰਦਾ ਜੀ ਫਤਿਹ ਵੀ ਉਸ ਵਾਹਿਗੁਰੂ ਦੀ ਕਿਰਪਾ ਹੀ ਹੈ ਹਾਂਜੀ ਤੀ ਸਰੀਰ ਉਤ ਸੋ ਇਹ ਦੋ ਮੰਗਲ ਨੇ ਇੱਕ ਧੰਗੁਰੂ ਗੁਰਨ ਸਾਹਿਬ ਜੀ ਦੀ ਬਾਣੀ ਦਾ ਇੱਕ ਦਸਮ ਜੀ ਦੀ ਬਾਣੀ ਦਾ ਜੀ ਦੋਵੇਂ ਬਾਣੀਆਂ ਜ਼ਰੂਰੀ ਨੇ ਸਾਡੇ ਵਾਸਤੇ ਫਿਰ ਅੱਗੋਂ ਲਿਖਦੇ ਆ ਕਹਿੰਦੇ ਹੁਣ ਤੀਸਰੀ ਰੁੱਤ ਆਰੰਭ ਹੁੰਦੀ ਹੈ ਤੀਸਰੀ ਰੁੱਤ ਦਾ ਪਹਿਲਾ ਅਧਿਆਇ ਆਰੰਭ ਹੁੰਦਾ ਪਹਿਲੇ ਅਧਿਆਇ ਵਿੱਚ ਕੀ ਹੈ ਮੰਗਲਾ ਚਰਨ ਗੁਰੂ ਰਿੱਧੀ ਮਹਿਮਾ ਕਰਨੀ ਸਾਰੇ ਗੁਰੂਆਂ ਨੂੰ ਯਾਦ ਕਰਨਾ ਹਾਂਜੀ ਸ਼੍ਰੀ ਨਾਨਕ ਅੰਗਦ ਅਮਰ ਆਰਾਮਦਾਸ ਅਰਜਨ ਇੱਕ ਪੰਗਤੀ ਦੇ ਵਿੱਚ ਪੰਜ ਗੁਰੂ ਸਾਹਿਬਾਂ ਦਾ ਨਾਮ ਲਿਆ ਜੀ ਸ਼੍ਰੀ ਨਾਨਕ ਅੰਗਦ ਅਮਰ RAM ਦਾਸ ਅਰਜਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਅੱਗੋਂ ਸਤਿਗੁਰੂ ਜੀ ਦਾ ਰੂਪ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਧੰਨ ਗੁਰੂ RAM ਦਾਸ ਸਾਹਿਬ ਜੀ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਾਂਜੀ ਹਰ ਗੋਬਿੰਦ ਹਰ ਰਾਏ ਗੁਰ ਹਰੀ ਕ੍ਰਿਸ਼ਨ ਪਗ ਮੰ ਤੇ ਅਗੋਂ ਹਰ ਗੋਬਿੰਦ ਹਰ ਰਾਏ ਗੁਰ ਹਰੀ ਕ੍ਰਿਸ਼ਨ ਪਗ ਮੰ ਕਹਿੰਦੇ ਫਿਰ ਛੇਵੇਂ ਪਾਤਸ਼ਾਹ ਵੱਡੇ ਯੋਧੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਅੱਠਵੇਂ ਵਾਹਿਗੁਰੂ ਧੰਨ ਧੰਨ ਗੁਰੂ ਹਰ ਰਾਏ ਸਾਹਿਬ ਜੀ ਤੇ ਅਠਵੇਂ ਪਾਤਸ਼ਾਹ ਤੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਮੈਂ ਇਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦਾ ਹਾਂ ਹਾਂਜੀ Տੇਕ ਬਹਾਦਰ ਦਸਮ ਗੁਰ ਸਭ ਕੇ ਚਰਨ ਮਨਾਏ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੈਂ ਸਾਰਿਆਂ ਦੇ ਚਰਨਾਂ ਤੇ ਮੱਥਾ ਟੇਕਦਾ ਹਾਂ ਕਦੀ ਸੁਰਤ ਕਰਕੇ ਮੱਥਾ ਟੇਕਿਆ ਜੇ ਗੁਰਮੁਖੋ ਯਤਨ ਕੀਤਾ ਜੇ ਜੇ ਨਹੀਂ ਕੀਤਾ ਤੇ ਕਰਿਆ ਕਰੋ ਮਹਾਰਾਜੀ ਦਾ ਧਿਆਨ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਗੁਰੂ ਅੰਗਦ ਦੇਵ ਜੀ ਨੂੰ ਦਸਾਂ ਗੁਰੂਆਂ ਨੂੰ ਬੜਾ ਆਨੰਦ ਬੜਾ ਰਸ ਤੇ ਬੜੀ ਸ਼ਾਂਤੀ ਜੇ ਕਹਿੰਦੇ ਮੈਂ ਮੱਥਾ ਟੇਕਦਾ ਮੱਥਾ ਟੇਕਣਾ ਵੀ ਇੱਕ ਭਗਤੀ ਆ ਕੀ ਆ ਜੀ ਦਲਾਈ ਨਾਮਾ ਨੇ ਨਾ ਜਿਹੜੇ ਦਲਾਈ ਨਾਮਾ ਇਹਨਾਂ ਵਿੱਚ ਜਦੋਂ ਕਿਸੇ ਨੂੰ ਆਪਣਾ ਵਿਦਿਆਰਥੀ ਬਣਾਉਂਦੇ ਆ ਉਹ ਸਿੱਖਿਆ ਦਿੰਦੇ ਆ ਉਹਨੂੰ ਕਹਿੰਦੇ ਦਿਨ ਵਿੱਚ 5000 ਵਾਰ ਸੁਰਤ ਕਰਕੇ ਆਪਣੇ ਉਸਤਾਦ ਮੁਰਸ਼ਿਦ ਨੂੰ ਮੱਥਾ ਟੇਕਣਾ ਤੇ ਸਾਡੇ ਗੁਰੂ ਜੀ ਕੀ ਕਹਿੰਦੇ ਕਹਿੰਦੇ ਨਮਸਕਾਰ ਤਾਂ ਕੋ ਲੱਖ ਬਾਾਰ ਇਹ 5000 ਵਾਰ ਦੀ ਨਹੀਂ ਗੱਲ ਕਰਦੇ ਇਹ ਲੱਖਾਂ ਵਰੀ ਦੀ ਗੱਲ ਕਰਦੇ ਸੁਰਤ ਕਰਕੇ ਦਸਾਂ ਗੁਰੂਆਂ ਨੂੰ ਮੱਥਾ ਟੇਕੋ ਆਖੋ ਵਾਹਿਗੁਰੂ ਫਿਰ ਟੇਕੋ ਆਖੋ ਵਾਹਿਗੁਰੂ ਵਾਹਿਗੁਰੂ ਹਾਂਜੀ ਰਤ ਬਰਨ ਅਬ ਤੀਸਰੀ ਜਿਮ ਦੇਵੀ ਵਿਦਤਾਏ ਕਹਿੰਦੇ ਹੁਣ ਮੈਂ ਤੀਸਰੀ ਰੁੱਤ ਦਾ ਜ਼ਿਕਰ ਕਰਾਂਗਾ ਤੁਹਾਡੇ ਨਾਲ ਤੀਸਰੀ ਰੁੱਤ ਦਾ ਜਿਸ ਵਿੱਚ ਦੇਵੀ ਪ੍ਰਗਟ ਕਰਨ ਦੀ ਗੱਲ ਹੋਏਗੀ ਜੀ ਅਸਲੀ ਦੇਵੀ ਪ੍ਰਗਟ ਕਰਨੀ ਮਹਾਰਾਜ ਨੇ ਨਹੀਂ ਪੰਥ ਸਾਧਣਾ ਜੀ ਜਿਸ ਰੁੱਤ ਵਿੱਚ ਇਸ ਰੁੱਤ ਵਿੱਚ ਅੰਮ੍ਰਿਤ ਛਕਾਉਣ ਦੀ ਕਥਾ ਆਏਗੀ ਜੀ ਹਾਂਜੀ ਚੌਪਈ ਆਇਓ ਫਾਗੁਣ ਮਾਸ ਸੁਹਾਵਤ ਇਹ ਕਿਹੜਾ ਮਹੀਨਾ ਚੱਲ ਰਿਹਾ ਜੀ ਫੱਗਣ ਦਾ ਮਹੀਨਾ ਚੱਲ ਰਿਹਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਬੈਠੇ ਨੇ ਫੱਗਣ ਦਾ ਮਹੀਨਾ ਆਇਆ ਜੀ ਫੱਗਣ ਦਾ ਜੀ ਫੱਗਣ ਦੇ ਮਹੀਨੇ 'ਚ ਨਾ ਬਹੁਤੀ ਠੰਡ ਨਾ ਗਰਮੀ ਜੀ ਦੇ ਤ ਤੋਂ ਬਾਅਦ ਹੌਲੀ ਹੌਲੀ ਗਰਮ ਕੰਮ ਸ਼ੁਰੂ ਹੋ ਜਾਂਦਾ ਜੀ ਕਹਿੰਦੇ ਫਗਣ ਦਾ ਮਹੀਨਾ ਆਇਆ ਜੀ ਬਹੁਤ ਸੋਹਣਾ ਵਾਤਾਵਰਨ ਬਣ ਗਿਆ ਜੀ ਹਾਂਜੀ ਗਾਵਤ ਹਿਦਯ ਪ੍ਰਮੋਦ ਬਧਾਵਤ ਗੁਰੂ ਕੀ ਸਿੱਖ ਗੁਰਬਾਣੀ ਗਾਉਂਦੇ ਰਾਗਾਂ ਵਿੱਚ ਸੁਣਨ ਵਾਲਿਆਂ ਨੂੰ ਬੜੀ ਖੁਸ਼ੀ ਮਿਲਦੀ ਜੀ ਬੜਾ ਟਿਕਾਉ ਬਣਦਾ ਜੀ ਤੁਸੀਂ ਵੀ ਵੇਖਿਆ ਹੋਏਗਾ ਸੁਣਿਆ ਵੀ ਹੋਏਗਾ ਦਾਸ ਨੇ ਵੀ ਦਰਸ਼ਨ ਕੀਤੇ ਜੀ ਕਮਾਈ ਵਾਲੇ ਗੁਰਸਿੱਖ ਮਰਿਆਦਾ ਦੇ ਨਾਲ ਸਮੇਂ ਅਨੁਸਾਰ ਰਾਗ ਵਿੱਚ ਕੀਰਤਨ ਕਰਨ ਸੁਣਨ ਵਾਲਿਆਂ ਦੇ ਮਨ ਬਦਲ ਜਾਂਦੇ ਨੇ ਜੀ ਖੁਸ਼ੀ ਮਿਲਦੀ ਉਹਨਾਂ ਨੂੰ ਜੀ ਹਾਂਜੀ ਸਭ ਮੈਂ ਕਰ ਬਸੰਤ ਪ੍ਰਦਾਨ ਫਿਰ ਬਸੰਤ ਰਾਗ ਦਾ ਕੀਰਤਨ ਕਰਦੇ ਜੀ ਉਹ ਜੀ ਅੱਜ ਕੱਲ ਚੱਲ ਰਿਹਾ ਨਾ ਹਰਿ ਮੰਦਰ ਸਾਹਿਬ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਪਹਾਈ ਕਰਮ ਲਖਨ ਤੈ ਪਾਈਐ ਇਹ ਰੁੱਤ ਸੁਹਾਈ ਇਸ ਤਰੀਕੇ ਨਾਲ ਬਸੰਤ ਰਾਗ ਦਾ ਕੀਰਤਨ ਕਰਦੇ ਸੰਗਤੀ ਇਹ ਜਿਹੜੀ ਕੀਰਤਨ ਦੀ ਮਰਿਆਦਾ ਹੈ ਇਹ ਪੁਰਾਣੇ ਸਮੇ ਤੋਂ ਗੁਰੂਆਂ ਨੇ ਬੰਨੀ ਆ ਸਾਡੇ ਜੀ ਵੀ ਬਸੰਤ ਰਾਗ ਦਾ ਬਸੰਤ ਰਾਗ ਰੁੱਤ ਚੱਲ ਰਹੀ ਤੇ ਬਸੰਤ ਰਾਗ ਦਾ ਕੀਰਤਨ ਕਰਨਾ ਜੀ ਹਾਂ ਜੀ ਅਪਰ ਰਾਗ ਸਭ ਗਾਏ ਸੁਜਾਨ ਹੋਰ ਵੀ ਰਾਗ ਗਾਉਂਦੇ ਆ ਹੋਰ ਵੀ ਰਾਗਾਂ ਚ ਗੁਰੂ ਕੇ ਰਾਗੀ ਕੀਰਤਨ ਕਰਦੇ ਆ ਹਾਂਜੀ ਔਰ ਆਨੰਦ ਆਨੰਦ ਬਿਲੰਦਿਓ ਆਨੰਦਪੁਰ ਸਾਹਿਬ ਵਿੱਚ ਬੜਾ ਆਨੰਦ ਹੈ ਜੀ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਬਾਜਾਂ ਵਾਲੇ ਦੀ ਹਜ਼ੂਰੀ ਚ ਕੀਰਤਨ ਕਰਦੇ ਕੀ ਪੜਦੇ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇ ਜੀਵਾ ਗੁਰ ਇਨੂੰ ਪ੍ਰੇਮ ਨਾਲ ਪੜਨ ਦਾ ਯਤਨ ਕਰਿਓ ਪਿਆਰ ਨਾਲ ਜਦੋਂ ਪੜੋਗੇ ਸੁਣੋਗੇ ਤੁਹਾਨੂੰ ਖੁਸ਼ੀ ਮਿਲੇਗੀ ਅਮਰਤ ਵੇੜਾ ਤੇ ਬਾਜਾਂ ਵਾਲੇ ਬੈਠੇ ਤੇ ਗੁਰੂ ਕੇ ਕੀਰਤਨੀਆਂ ਪੰਕਤੀ ਪੜ ਰਹੇ ਜੀ ਫੇਰ ਪੜ ਲਓ ਦਰਸ਼ਨ ਦੇਖ ਜੀਵਾ ਗੋਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਬੜੇ ਹੀ ਪਿਆਰ ਨਾਲ ਗੁਰੂ ਕੇ ਕੀਰਤਨੀਆਂ ਕੀਰਤਨ ਕਰਦੇ ਐ ਹਾਂਜੀ ਜੈ ਕਹ ਗਾਵੈ ਗੁਰ ਪਦ ਬੰਦਿਓ ਫਿਰ ਜਿੱਥੇ ਕਿੱਥੇ ਕੋਈ ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰਦਾ ਤੇ ਸੁਰਤ ਕਰਕੇ ਗੁਰੂ ਜੀ ਨੂੰ ਮੱਥਾ ਵੀ ਟੇਕਦਾ ਜੀ ਇਹ ਗੱਲਾਂ ਸਿੱਖਣ ਵਾਲੀਆਂ ਨੇ ਵੀ ਸੁਰਤ ਮਹਾਰਾ ਦੇ ਚਰਨਾ ਚ ਰੱਖਣੀਆਂ ਆ ਥੋੜੇ ਦਿਨ ਹੋ ਗਏ ਆਪਾਂ ਸੁਣੀ ਨਾ ਕਥਾ ਪਾਈ ਗੋਂਦੇ ਦੀ ਉਹ ਕਿੱਥੇ ਬੈਠਾ ਤੇ ਉਹਨੇ ਮਹਾਰਾ ਦੇ ਚਰਨ ਫੜ ਲਏ ਜੀ ਹਾਂਜੀ ਚਲ ਆਇਓ ਹੋਲੇ ਕਉ ਮਿਲਾ ਹਾਂ ਫਿਰ ਵਿਸ਼ੇਸ਼ ਮੇਲਾ ਜਿਹਨੂੰ ਅੱਜ ਵੀ ਬੜੇ ਚਾਅ ਨਾਲ ਮਨਾਉਂਦੇ ਜਿਹਨੂੰ ਕਹਿੰਦੇ ਹੋਲਾ ਮੱਲਾ ਕਹਿੰਦੇ ਹੋਲੇ ਦਾ ਮੇਲਾ ਆ ਗਿਆ ਚਾਉ ਦਿਸ਼ ਤੇ ਨਰ ਭਏ ਸਕੇਲਾ ਮਹਾਰਾ ਦਾ ਹੁਕਮ ਸੀ ਵੀ ਹੋਲੇ ਮੱਲੇ ਤੇ ਆਨੰਦਪੁਰ ਆਇਆ ਕਰੋ ਸਾਰੇ ਕਿਉਂਕਿ ਲੋਕ ਮਨਾਉਂਦੇ ਹੋਲੀ ਤੇ ਗੁਰੂ ਜੀ ਮਨਾਉਂਦੇ ਹੋਲਾ ਔਰਨ ਕੀ ਹੋਲੀ ਮਮ ਹੋਲਾ ਚਾਰੇ ਪਾਸਿਓਂ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਆਉਣ ਲੱਗੀਆਂ ਜੀ ਚਾਰੋ ਵਰਨ ਸਿੱਖ ਗੁਰਕੇਰੇ ਕਿਉਂ ਹੁਣ ਮਰਨ ਏ ਥੋੜੀ ਕਿਉਂ ਵੀ ਮੇਰੇ ਸਿੱਖ ਬ੍ਰਾਹਮਣ ਹੀ ਬਣਨ ਖਤਰੇ ਬ੍ਰਾਹਮਣ ਸ਼ੂਦਰ ਵੈਸ਼ ਸਾਰੇ ਮਹਾਰਾਜ ਦੇ ਸਿੱਖ ਨੇ ਜੀ ਉਹ ਫਿਰ ਸਾਰੇ ਹੀ ਹੁੰਦੇ ਹਨ ਦਰਸ਼ਨ ਚਾਹਤ ਆਏ ਕਨੇਰੇ ਬਹੁਤ ਸਾਰੇ ਆਏ ਵੀ ਹੋਲਾ ਮੱਲਾ ਆ ਗਿਆ ਬਾਜਾਂ ਵਾਲੇ ਦੇ ਦਰਸ਼ਨ ਕਰੀਏ ਚੱਲ ਕੇ ਹਾਂਜੀ ਪੂਰਬ ਜਗਨਨਾਥ ਲਗ ਸੰਗਤ ਹਾਂ ਇਹ ਕਿ ਪੂਰਬ ਦੇ ਇਲਾਕੇ ਵਿੱਚੋਂ ਕਿੱਥੋਂ ਹੈ ਜਗਨਨਾਥ ਪੁਰੀ ਹੈ ਜੀ ਉੱਥੇ ਵੀ ਮਹਾਰਾ ਦੇ ਸਿੱਖ ਰਹਿੰਦੇ ਸੀਗੇ ਜੀ ਹੁਣ ਵੇਖੋ ਨਾ ਜੀ ਇੱਥੇ ਗੁਰੂ ਜੀ ਦੀ ਕਥਾ ਹੁੰਦੀ ਮਹਾਰਾਜ ਦੀ ਕਥਾ ਹੁੰਦੀ ਤੁਸੀਂ ਸੁਣਦੇ ਤੇ ਕਿੱਥੇ ਲੰਡਨ ਹੈਗਾ ਜੀ ਉਹ ਇੰਗਲੈਂਡ ਕਿੱਥੇ ਲੰਡਨ ਹਾਂਜੀ ਤੇ ਲੰਡਨ ਤੋਂ ਆ ਕੇ ਬਹਿ ਸਕਦੇ ਆ ਉੱਥੇ ਜਿੱਥੇ ਕਥਾ ਹੁੰਦੀ ਹੈ ਤੇ ਜਿੱਥੇ ਖੁਦ ਬਾਜਾਂ ਵਾਲੇ ਰਹਿੰਦੇ ਸੀ ਉੱਥੇ ਕਿਉਂ ਨਹੀਂ ਲੋਕ ਆਉਂਦੇ ਆਉਣਗੇ ਜੀ ਪਿੱਛੇ ਦੇ ਭਾਈ ਸੁਖਦੇਵ ਸਿੰਘ ਸਾਹਮੀ ਕਿੰਨਾ ਚਿਰ ਰਹਿ ਕੇ ਗਏ ਆਪਣੇ ਕੋਲ ਸੋ ਗੁਰੂ ਸਾਹਿਬ ਜੀ ਦੀ ਮਿਹਰ ਜੀ ਜਗਨਨਾਥ ਪੁਰੀ ਦੇ ਵਿੱਚੋਂ ਲੋਕ ਆਉਂਦੇ ਮਹਾਰਾ ਦੇ ਚਰਨਾਂ ਵਿੱਚ ਹਾਂਜੀ ਅਪਰ ਟਾਪੂਆਂ ਕੀ ਮਿਲ ਪੰਗਤ ਹੋਰ ਟਾਪੂਆਂ ਤੋਂ ਕਿਉਂ ਮਾਰਾ ਨੇ ਪ੍ਰਚਾਰ ਬੜਾ ਕੀਤਾ ਗੁਰੂ ਨਾਨਕ ਦੇਵ ਜੀ ਨੇ ਮਿਹਰਾਂ ਬੜੀਆਂ ਕੀਤੀਆਂ ਜੀ ਬੜੇ ਬੜੇ ਟਾਪੂਆਂ ਵਿੱਚੋਂ ਲੋਕ ਆ ਕੇ ਹੋਲੇ ਮੱਲੇ ਤੇ ਇਕੱਠੇ ਹੁੰਦੇ ਜੀ ਦੱਖਣ ਮਹ ਦਵਾਰਕਾ ਤਾਈ ਦੱਖਣ ਵਾਲੇ ਪਾਸਿਓਂ ਦਵਾਰਕਾ ਦੇ ਵਿੱਚੋਂ ਪਹੁੰਚੇ ਸਿੱਖ ਔਨ ਸਮੁਦਾਈ ਪਤਾ ਨਹੀਂ ਕਿੱਥੋਂ ਕਿੱਥੋਂ ਹੋਲੇ ਦੇ ਉੱਤੇ ਗੁਰੂ ਕੇ ਸਿੱਖ ਜਿਹੜੇ ਐ ਉਹ ਸੰਗਤ ਦੀ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਹੁਣ ਵੀ ਵੇਖ ਲਓ ਕੱਲਾ ਪੰਜਾਬ ਨਹੀਂ ਆਉਂਦਾ ਹੋਲੇ ਮੱਲੇ ਤੇ ਅਨੰਦਪੁਰ ਸਾਹਿਬ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਵਿੱਚੋਂ ਗੁਰੂ ਕੀਆਂ ਸੰਗਤਾਂ ਉੱਥੇ ਪਹੁੰਚਦੀਆਂ ਨੇ ਜੀ ਹਾਂਜੀ ਪਸ਼ਚਮ ਬਰਖ ਬੁਖਾਰਾ ਆਦ ਫਿਰ ਪਸ਼ਚਮ ਦਾ ਇਲਾਕਾ ਜਿਹਨੂੰ ਬਲਖ ਤੇ ਬੁਖਾਰਾ ਕਹਿੰਦੇ ਜਿੱਥੇ ਹੈਗਾ ਉਧਰੋਂ ਵੀ ਗੁਰੂ ਕੇ ਸਿੱਖ ਪਿਆਰ ਵਾਲੇ ਹੁੰਦੇ ਜੀ ਬਲਖ ਬੁਖਾਰੇ ਦੇ ਸਿੱਖ ਬੜੇ ਪਿਆਰ ਵਾਲੇ ਨੇ ਉੱਥੇ ਇੱਕ ਸਿੱਖ ਛੇਵੇਂ ਪਾਸ਼ਾ ਦਾ ਰਹਿੰਦਾ ਸੀਗਾ ਜੀ ਮਹਾਰਾਜ ਸੱਤੇ ਪਾਸ਼ਾ ਨੇ ਨਾ ਜੀ ਉੱਥੇ ਬਲਖ ਬੁਖਾਰੇ ਦੇ ਨਾ ਘੋੜੇ ਬੜੇ ਵਧੀਆ ਹੁੰਦੇ ਸੀਗੇ ਇੱਕ ਚਿੱਠੀ ਭੇਜੀ ਉੱਥੇ ਇੱਕ ਸਿੱਖ ਦੇ ਹੱਥ ਵੀ ਫਲਾਣਾ ਸਿੱਖ ਰਹਿੰਦਾ ਉਨੂੰ ਕੋ ਵਧੀਆ ਘੋੜਾ ਵੇਖ ਕੇ ਪਰਖ ਕੇ ਖਰੀਦ ਕੇ ਸਾਡੇ ਕੋਲ ਭੇਜੇ ਉਸ ਸਿੱਖ ਨੂੰ ਪਤਾ ਲੱਗਾ ਜੀ ਉਹਨੂੰ ਇਨਾ ਚਾਅ ਚੜਿਆ ਉਹ ਤੁਰ ਪਿਆ ਤੇ ਉਹਦਾ ਪੁੱਤ ਬਿਮਾਰ ਹੋ ਗਿਆ ਜੀ ਜਿਵੇਂ ਪਰਖਿਆ ਲੈਣੀ ਹੁੰਦੀ ਇੱਕੋ ਇੱਕ ਪੁੱਤ ਸੀ ਗਾੜੀ ਉਹਦਾ ਤੇ ਉਹ ਰਸਤੇ ਵਿੱਚ ਜਾ ਰਿਹਾ ਉਹਦੀ ਘਰ ਵਾਲੀ ਦਾ ਸੁਨੇਹਾ ਉਹਨੂੰ ਪਹੁੰਚਿਆ ਵੀ ਵਾਪਸ ਆ ਜਾ ਕੋੜਾ ਗੁਰੂ ਵਾਸਤੇ ਫਿਰ ਲੈ ਆਈ ਪੁੱਤ ਦਾ ਇਲਾਜ ਕਰਾ ਲਈਏ। ਉਹਨੇ ਸੁਨੇਹਾ ਕੱਲਿਆ ਵੀ ਫਲਾਣੀ ਥਾਂ ਤੇ ਮਾਇਆ ਪਈ ਐ ਮਾਇਆ ਲਾਓ ਤੇ ਪੁੱਤ ਦਾ ਇਲਾਜ ਕਰਾਓ ਮੈਂ ਗੁਰੂ ਦਾ ਹੁਕਮ ਮੰਨਣਾ ਹੈ। ਸਾਥ ਸੰਗਤ ਥੋੜਾ ਹੋਰ ਅੱਗੇ ਗਿਆ। ਘਰ ਵਾਲੀ ਦਾ ਸੁਨੇਹਾ ਆ ਗਿਆ ਜੀ ਹੁਣ ਤਾਂ ਵਾਪਸ ਆਜੋ ਆਪਣਾ ਪੁੱਤ ਚੜਾਈ ਕਰ ਗਿਆ ਹੈ। ਕਹਿਣ ਲੱਗਾ ਜਿਨੇ ਸੁਨੇਹਾ ਦਿੱਤਾ ਕਹਿਣ ਲੱਗਾ ਜਾ ਕੇ ਮੇਰੀ ਘਰ ਵਾਲੀ ਨੂੰ ਕਹਿ ਦੇ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਮੈਂ ਵਾਪਸ ਨਹੀਂ ਮੁੜ ਸਕਦਾ ਉਹਨੂੰ ਕਹਿ ਦੇ ਕਿ ਫਲਾਣੀ ਨੁਕਰ ਵਿੱਚ ਬਾਲਣ ਪਿਆ ਜਪਜੀ ਸਾਹਿਬ ਦਾ ਪਾਠ ਕਰੇ ਗੁਰੂ ਕੀ ਬਾਣੀ ਪੜ੍ਹੇ ਤੇ ਬਾਲਣ ਦੇ ਉੱਤੇ ਪੁੱਤ ਦੀ Laash ਰੱਖ ਕੇ ਸਸਕਾਰ ਕਰ ਦੇ ਮੈਂ ਘਰ ਉਦੋਂ ਹੀ ਵਾਪਸ ਆਉਂਗਾ ਜਦੋਂ ਸਤਿਗੁਰੂ ਜੀ ਦਾ ਬਚਨ ਕਮਾ ਲਵਾਂਗਾ ਕਹਿਣਾ ਸੌਖਾ ਕਰਨਾ ਬੜਾ ਔਖਾ ਜੀ ਕਹਿਣਾ ਸੌਖਾ ਹੈ ਮਹਾਰਾ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਜੀ ਸੋ ਬਲਖ ਬੁਖਾਰਾ ਇਹੋ ਜਿਹੇ ਲਖਿਆਂ ਵਿੱਚੋਂ ਵੀ ਸਿੱਖ ਜਿਹੜੇ ਆ ਉਹ ਅਨੰਦਪੁਰ ਸਾਹਿਬ ਪਹੁੰਚਦੇ ਆ ਹਾਂਜੀ ਆਵੇ ਸਿੱਖ ਤਰੈ ਅਹਲਾਦ ਹੁੰਦੇ ਆ ਹੌਲੇ ਤੇ ਚੱਲੇ ਆ ਕਹਿੰਦੇ ਬੜੀ ਖੁਸ਼ੀ ਮਨਾਉਂਦੇ ਆ ਜੀ ਬੜੀ ਖੁਸ਼ੀ ਵੀ ਹੌਲੇ ਤੇ ਚੱਲੇ ਆ ਆਪਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਹਾਂਜੀ ਤੇਮਹੀ ਉੱਤਰ ਦਿਸ਼ਾ ਬਹੀਰਾ ਇਸੇ ਤਰ੍ਹਾਂ ਉੱਤਰ ਉੱਤਰ ਭਾਰਤ ਵਿੱਚੋਂ ਆਪਣੇ ਇਸ ਇਲਾਕੇ ਵਿੱਚੋਂ ਜੀ ਹਾਂਜੀ ਆਏ ਕਮਾਉਂ ਅਰ ਕਸ਼ਮੀਰਾ ਹਾਂ ਬੜੀ ਬੜੀ ਦੂਰੋਂ ਸੰਗਤਾਂ ਹੁੰਦੀਆਂ ਕਮਾਊ ਤੇ ਕਸ਼ਮੀਰ ਇਸ ਇਲਾਕੇ ਵਿੱਚੋਂ ਵੀ ਗੁਰੂ ਜੀ ਦੇ ਚਰਨਾਂ 'ਚ ਸਿੱਖ ਪਹੁੰਚਦੇ ਸੀ ਹਾਂਜੀ ਕਹਿ ਲਓ ਦੇਸ਼ ਨਗਰ ਕੋ ਗਿਣੀਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ ਮੈਂ ਕਿਹੜੇ ਕਿਹੜੇ ਇਲਾਕੇ ਦਾ ਨਾਮ ਦਸਾਂ ਕਿਹੜੇ ਕਿਹੜੇ ਪਿੰਡ ਦਾ ਨਾਮ ਦਸਾਂ ਹਾਂਜੀ ਕਹਿ ਲਓ ਸੰਗਤ ਨਾਮ ਸੁਣਨੀਏ ਤੁਹਾਨੂੰ ਮੈਂ ਕਿਹੜੀ ਕਿਹੜੀ ਸੰਗਤ ਦਾ ਨਾਮ ਦਸਾਂ ਜਿਹੜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੀ ਸੀ ਬੜਾ ਵੱਡਾ ਪ੍ਰਤਾਪ ਆ ਵੇਖ ਲੋ ਹੁਣ ਹੋਲਾ ਮੱਲਾ ਸ਼ੁਰੂ ਹੋਣਾ ਹੁਣ ਤੋਂ ਹੀ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਲੰਗਰ ਵਾਲਿਆਂ ਨੇ ਹੁਣ ਤੋਂ ਹੀ ਜਾ ਕੇ ਬਹਿ ਜਾਣਾ ਜੀ ਉੱਥੇ ਜੀ ਹਾਂਜੀ ਦਸਵੇਂ ਪਾਤਸ਼ਾਹ ਜਸ ਦੂਨਾ ਹਾਂ ਦਸਵੇਂ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਜੀ ਦਾ ਜਿਹੜਾ ਜਸ ਹੈ ਉਹ ਬਾਕੀ ਗੁਰੂਆਂ ਨਾਲੋਂ ਵੀ ਦੂਣਾ ਹੈ ਬੜਾ ਵੱਡਾ ਤੇਜ ਪ੍ਰਤਾਪ ਮੇਰੇ ਸਤਿਗੁਰੂ ਜੀ ਦਾ ਜੀ ਹਾਂਜੀ ਸੁਣੇ ਚਗੋਨ ਕਹੂੰ 10 ਗੁਨਾ ਕਹਿਣ ਲੱਗੇ ਫਿਰ 4 ਗੁਣਾ ਵੱਧ ਵਧਿਆ ਜੀ ਜਿਹੜਾ ਵੇਖਦਾ ਉਹ ਫਿਰ 10 ਗੁਣਾ ਹੋਰ ਵੱਡਾ ਕਰਕੇ ਜਸ ਮਹਾਰਾਜ ਦਾ ਦੱਸਦਾ ਜੀ ਆਪਣੇ ਗੁਰੂ ਦਾ ਜਸ ਵੱਡਾ ਕਰਕੇ ਦੱਸਿਆ ਕਰੋ ਸਤ ਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਉਪਜੈ ਦਰਸ਼ਨ ਕੀ ਅਬਿਲਾਖਾ ਗੁਰੂ ਕੇ ਸਿੱਖ ਆ ਕੇ ਦਰਸ਼ਨ ਕਰਦੇ ਆ ਤੇ ਮਨ ਵਿੱਚ ਅਬਿਲਾਖਾ ਹੋਰ ਪੈਦਾ ਹੁੰਦੀ ਵੀ ਹੋਰ ਸਮਾਂ ਰਹੀਏ ਇੱਥੇ ਆਵੈ ਚੱਲੇ ਭਾਉ ਬੜ ਰੱਖਾ ਬਹੁਤੀ ਭਾਵਨਾ ਰੱਖ ਕੇ ਬੜੇ ਪ੍ਰੇਮ ਨਾਲ ਅਨੰਦਪੁਰ ਸਾਹਿਬ ਆ ਰਹੇ ਵੀ ਹੋਲਾ ਹੋਲਾ ਮਹਲਾ ਆਉਣ ਵਾਲਾ ਸਾਹ ਸੰਗਤ ਦੀ ਸਾਡੇ ਨੌਜਵਾਨਾਂ ਨੇ ਹੋ ਲੈ ਮਲ ਲੇਤੇ ਜਾਣਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਓਵੇਂ ਨਾ ਜਾਇਓ ਜਿਵੇਂ ਪਿਛਲੀ ਵਾਰੀ ਗਏ ਸੀਗੇ ਉੱਥੇ ਵੱਡੇ ਵੱਡੇ ਸਪੀਕਰ ਲਾਉਣੇ ਟਰਾਲੀਆਂ ਤੇ ਟਰੱਕਾਂ ਤੇ ਉਥੋਂ ਦਾ ਮਾਹੌਲ ਖਰਾਬ ਕਰਦੇ ਤੇ ਪਿਛਲੀ ਵਾਰੀ ਇੱਕ ਸਿੰਘ ਨੇ ਰੋਕਿਆ ਤੇ ਗੁਰਮੁਖੋ ਸਿੰਘ ਨਾਲ ਝੜਪ ਕੀਤੀ ਤਾਂ ਸਿੰਘ ਵਿਚਾਰਾ ਸ਼ਹੀਦ ਹੋ ਗਿਆ ਜੀ ਸਿੰਘ ਨਹੀਂ ਸ਼ਹੀਦ ਕਰਤਾ ਜੀ ਉਹਨਾਂ ਸ਼ਹੀਦ ਹੀ ਆਖਾਂਗੇ ਜੀ ਇਹ ਤੋਂ ਸਿੰਘ ਮਾਰਤਾ ਕਹਿ ਲਈਏ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਕਥਾ ਬੜੀ ਦੂਰ ਤੱਕ ਜਾਣੀ ਹੈ ਵੇਖੋ ਸਿੱਖ ਕਿਵੇਂ ਆਉਂਦੇ ਆ ਅਨੰਦਪੁਰ ਸਾਹਿਬ ਕਹਿੰਦੇ ਆਵਹਿ ਚੱਲੇ ਭਾਉ ਵੱਡ ਰੱਖਾ ਵੱਡੀ ਸ਼ਰਦਾ ਦੇ ਨਾਲ ਆਉਂਦੇ ਆ ਵੱਡੀ ਭਾਵਨਾ ਦੇ ਨਾਲ ਆਉਂਦੇ ਵੀ ਹੋਲਾ ਆ ਰਿਹਾ ਆਪਸ ਸਤਿਗੁਰੂ ਜੀ ਦੇ ਚਰਨਾ ਵਿੱਚ ਚੱਲ ਗਏ ਜਥਾ ਸ਼ਕਤ ਲੇਲੇ ਉਪਹਾਰ ਜਿਵੇਂ ਚਾਹੀਦਾ ਕੋਈ ਕੁਝ ਲੈ ਕੇ ਜਾ ਰਿਹਾ ਕੋਈ ਕੁਝ ਲੈ ਕੇ ਜਾ ਰਿਹਾ ਹੈ ਚਹੈ ਸੋ ਅਰਪਣ ਗੁਰ ਦਰਬਾਰ ਮਹਾਰਾਜ ਦੇ ਦਰਬਾਰ ਚ ਭੇਟਾ ਕਰਾਂਗੇ ਜਾ ਕੇ ਹਾਂਜੀ ਦਿਨ ਹੋਲੀ ਕੋ ਕਰੈ ਉਦੇਸ਼ ਮਹਾਰਾਜ ਹੋਲੇ ਵਾਲੇ ਦਿਨ ਨਾ ਜੀ ਉਪਦੇਸ਼ ਬਖਸ਼ਿਸ਼ ਕਰਦੇ ਸੀਗੇ ਉਪ ਉਪਦੇਸ਼ ਬਖਸ਼ਿਸ਼ ਕਰਦੇ ਚਲੇ ਕਰਨ ਤੇ ਸਿੱਖ ਅਸ਼ੇਸ਼ ਇਸ ਕਰਕੇ ਆਪੋ ਆਪਣੇ ਘਰਾਂ ਚੋਂ ਸਿੱਖ ਤੁਰ ਪੈਂਦੇ ਵੀ ਚਲੋ ਹੋਲੀ ਹੋਲਾ ਇਹ ਮਹਾਰਾ ਦੇ ਚਰਨਾਂ ਵਿੱਚ ਸਫਲਾ ਕਰਨਾ ਹਾਂਜੀ ਆਨ ਆਨੰਦਪੁਰ ਮੈਂ ਕਹਿ ਡੇਰਾ ਆਨੰਦਪੁਰ ਸਾਹਿਬ ਚ ਪਹਿਲਾਂ ਹੀ ਆ ਕੇ ਡੇਰੇ ਕਰ ਲੈ ਜੀ ਜਿਵੇਂ ਹੁਣ ਵੀ ਤੰਬੂ ਲੱਗ ਜਾਂਦੇ ਨਾ ਜੀ ਪਹਿਨਾ ਉਹ ਮਾਹੌਲ ਬਣਦਾ ਸੀਗਾ ਜੀ ਉਹੀ ਹੁਣ ਬਣਦਾ ਜੀ ਜਿਹੜਾ ਹੁਣ ਬਣਦਾ ਇਹੋ ਪਹਿਲਾਂ ਬਣਦਾ ਸੀਗਾ ਜੀ ਹਾਂਜੀ ਜਹ ਮੰਗਲ ਨਿਤ ਹੂਤ ਕਨੇਰਾ ਬਸ ਜਿੱਥੇ ਕਿੱਥੇ ਨਹੀਂ ਵੇਖਿਆ ਵੱਡਾ ਮੰਗਲ ਵੱਡੇ ਖੁਸ਼ੀ ਸੰਗਤਾਂ ਮਨਾ ਰਹੀਆਂ ਨੇ ਸ਼ਬਦ ਕੀਰਤਨ ਕੀ ਧੁਨ ਉੱਠੇ ਹਾਂ ਸ਼ਬਦ ਕੀਰਤਨ ਦੀ ਧੁਨ ਉੱਠਦੀ ਹੈ ਸਭ ਤੋਂ ਵੱਡੀ ਗੱਲ ਬਿਗ ਗੁਰੂ ਕੀ ਬਾਣੀ ਦੀਆਂ ਧੁਨਾਂ ਉੱਠਦੀਆਂ ਤੇ ਹੁਣ ਪਤਾ ਕੀ ਧੁਨ ਉੱਠਦੀ ਜੀ ਉਥੇ ਉਹ ਜੜੀਆਂ ਪੀਪੀਆਂ ਦੀਆਂ ਮੂੰਹ ਚ ਪਾਈਆਂ ਹੁੰਦੀਆਂ ਜੀ ਉਹ ਵਜਾਈ ਜਾਂਦੇ ਵਜਾਈ ਜਾਂਦੇ ਜੀ ਬੱਸ ਜੀ ਸ਼ਬਦ ਕੀਰਤਨ ਦੀ ਧੁਨ ਉੱਠਦੀ ਹੈ ਨਿਹਰੀ ਬਾਹਰਲੇ ਵਾਯੂ ਮੰਡਲ ਚ ਨਹੀਂ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵੀ ਸ਼ਬਦ ਦੀ ਧੁਨ ਉੱਠਦੀ ਹੈ ਹਰ ਦਾ ਹਰ ਹਰ ਤੋਂ ਉਪਜੀ ਹਰ ਜਪਿ ਗਿਆ ਮਸਤਕ ਭਾਗ ਜਿਉ ਹਾਂਜੀ ਜਨ ਇੱਕ ਸਮ ਘਨ ਅੰਮ੍ਰਿਤ ਵੂਠੇ ਜਦੋਂ ਗੁਰੂ ਕੇ ਸਿੱਖ ਇਕੱਠੇ ਕੀਰਤਨ ਕਰਦੇ ਬਾਣੀ ਪੜ੍ਹਦੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੰਨਾ ਵਧੀਆ ਵਾਤਾਵਰਣ ਬਣ ਜਾਂਦਾ ਜਿਵੇਂ ਮਾਨੋ ਅੰਮ੍ਰਿਤ ਦੀ ਘਟਾ ਦੀ ਵਰਖਾ ਹੋ ਰਹੀ ਹੋਵੇ ਜੀ ਝਿਮ ਝਿਮ ਵਰਸਾ ਅਮਰਤ ਤਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ ਹਾਂਜੀ ਹੋਤ ਕੁਲਾਹਲ ਜੈ ਕਹਿ ਭਾਰੋ ਜਿੱਥੇ ਕਿੱਥੇ ਨਹੀਂ ਬੜੀਆਂ ਖੁਸ਼ੀਆਂ ਆਨੰਦਪੁਰ ਸਾਹਿਬ ਚ ਬੜਾ ਚਾਓ ਬਣਿਆ ਦੀ ਬਜਤ ਮਰਦੰਗ ਰਬਾਬ ਉਦਾਰੋ ਨਗਾਰੇ ਵੱਜਦੇ ਆ ਰਬਾਬ ਵੱਜਦੀ ਐ ਮਰਦੰਗ ਵੱਜਦੀ ਐ ਚਾਰ ਸਿਤਾਰ ਦੋ ਤਾਰ ਸਿਰੰਦਾ ਸੋਹਣੀ ਸਿਤਾਰ ਦੋ ਤਾਰਾ ਸਰੰਦਾ ਇਹ ਤੰਤੀ ਸਾਜ ਨੇ ਦੀ ਸਾਜ ਜੀ ਉਦੋਂ ਹਰਮੋਨੀਅਮ ਨਹੀਂ ਸੀ ਹੁੰਦਾ ਜੀ ਨਹੀਂ ਤੇ ਹਰਮੋਨੀਅਮ ਦਾ ਨਾਮ ਹੀ ਆਉਣਾ ਹੈਗਾ ਵਿੱਚ ਉਦੋਂ ਇਹਨਾਂ ਸਾਜਾਂ ਨਾਲ ਕੀਰਤਨ ਹੁੰਦਾ ਸੀਗਾ ਜੀ ਹਾਂਜੀ ਵਜੇ ਥਾਲ ਮਿਲ ਦੇਤ ਕਨੰਦਾ ਉਹ ਫਿਰ ਜਦੋਂ ਤਾਲ ਵੱਜਦੇ ਕੀਰਤਨ ਹੁੰਦਾ ਸੁਣਨ ਵਾਲਿਆਂ ਨੂੰ ਆਨੰਦ ਪਉਂਦਾ ਜੀ ਹਾਂਜੀ ਸ੍ਰੀ ਗੁਰ ਤੇਗ ਬਹਾਦਰ ਕੀਰਾ ਹਾਂਜੀ ਜਾ ਸ਼ੋਭਤ ਦਰਬਾਰ ਬਡੇਰਾ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਸੀਗਾ ਜੀ ਸੀਸਗੰਧ ਸਾਹਿਬ ਮਹਾਰਾਜ ਉੱਥੇ ਬੜਾ ਵੱਡਾ ਦਰਬਾਰ ਮੇਲਾ ਸਜਵਾਉਂਦੇ ਜੀ ਹਾਂਜੀ ਤੇ ਸੰਗਤ ਕੋ ਮੇਲ ਉਧਾਰਾ ਉੱਥੇ ਬਹੁਤ ਸੰਗਤਾਂ ਜੁੜਦੀਆਂ ਇਕੱਠੀਆਂ ਹੁੰਦੀਆਂ ਜੀ ਹੁਣ ਤੇ ਸੜਕਾਂ ਤੇ ਤੁਰੇ ਫਿਰਦੇ ਨਾ ਜੀ ਬੈਂਦੇ ਸਨ ਸਾਰੇ ਸੁਣਦੇ ਸੀਗੇ ਬਾਣੀ ਨੂੰ ਹਾਂਜੀ ਗਾਵੈ ਨਟ ਸਾਰੰਗ ਮਲਾਰਾ ਤੇ ਗੁਰਬਾਣੀ ਨੂੰ ਰਾਗਾਂ ਵਿੱਚ ਗਾਉਂਦੇ ਸੀ ਨਟ ਰਾਗ ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਜੀ ਨਟ ਰਾਗ ਆਉਂਦਾ ਨਟ ਨਰਾਇਣ ਆਉਂਦਾ ਜੀ ਸਾਰੰਗ ਰਾਗ ਆਉਂਦਾ ਮਲਾਰ ਰਾਗ ਹੁੰਦਾ ਸਾਧ ਸੰਗਤ ਦੀ ਹਾਂਜੀ ਜੈਤਿ ਸ੍ਰੀ ਸ੍ਰੀ ਰਾਗ ਤਮਾਰ ਆ ਜੈਤਿ ਸ੍ਰੀ ਰਾਗ ਆਉਂਦਾ ਜੀ ਸ੍ਰੀ ਰਾਗ ਆਉਂਦਾ ਜੀ ਬਾਣੀ ਵਿੱਚ ਗੌੜੀ ਮਾਜ ਵਿਪਾਸ ਬਹਾਰ ਗੌੜੀ ਰਾਗ ਮਾਜ ਰਾਗ ਵਿਪਾਸ ਰਾਗ ਹਾਂਜੀ ਸੂਹੀ ਸੋਰਠ ਦੇਵਗੰਧਾਰ ਆਸਾ ਰਾਮਕਲੀ ਬਹਿਰਾਰ ਸੂਹੀ ਰਾਗ ਬੈਰਾੜੀ ਰਾਗ ਆਸਾ ਰਾਗ ਦੇਵਗੰਧਾਰੀ ਰਾਗ ਇਨਾਂ ਰਾਗਾਾਂ ਵਿੱਚ ਗੁਰੂ ਕੇ ਸਿੱਖ ਗੁਰਬਾਣੀ ਪੜਦੇ ਦੀ ਕੀ ਕਹਿੰਦੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਮਨ ਪੀਨਾ ਨਿਜ ਘਰ ਆਵੇ ਗੋ ਮਨ ਪੀਨਾ ਨਿਜ ਘਰ ਆਵੇ ਗੋ ਮਨ ਪੀਨਾ ਨਿਜ ਘਰ ਆਵੇ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਗੁਰਬਾਣੀ ਸੁਣਤ ਮੇਰਾ ਮਨ ਰਵਿਆ ਮਨ ਭੀਨਾ ਨਿਜ ਘਰ ਆਵੇਗੋ 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 ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਇਹਦਾ ਭਾਵ ਕੀ ਭਲਾ ਮਹਾਰਾ ਕਹਿੰਦੇ ਕੁਰਬਾਨੀ ਨੂੰ ਸੁਣ ਕੇ ਮੇਰਾ ਮਨ ਭਾਵ ਆਪਣੇ ਬਾਰੇ ਕਹਿ ਕੇ ਜਿਗਿਆਸੂਆਂ ਦੀ ਅਵਸਥਾ ਦੱਸ ਰਹੇ ਨੇ ਮਨ ਦਰਵਿਆ ਮਨ ਪਿਗਲ ਗਿਆ ਜੀ ਜਿਹੜਾ ਮਨ ਬੜਾ ਕਠੋਰ ਹੈ ਨਾ ਜੀ ਨਹੀਂ ਪੇਜਦਾ ਜੀ ਕਠੋਰ ਸਖਤ ਮਨ ਉਹ ਵੀ ਮਨ ਕੋਮਲ ਹੋ ਜਾਂਦਾ ਜੀ ਸਤਿਗੁਰੂ ਜੀ ਨੇ ਬਾਣੀ ਪੜ੍ਹੀ ਸੱਜਣ ਠੱਗ ਬਹੁਤ ਵੱਡਾ ਠੱਗ ਸੀਗਾ ਪਰ ਗੁਰੂ ਜੀ ਦੀ ਬਾਣੀ ਸੁਣ ਕੇ ਉਹਦਾ ਮਨ ਕੋਮਲ ਹੋ ਗਿਆ ਜੀ ਕੋਮਲ ਹੋ ਗਿਆ ਮਨ ਜੀ ਮਨ ਭੀਨਾ ਨਿਜ ਘਰ ਆਵੇਗੋ ਜਿਹੜਾ ਮਨ ਟਿਕਦਾ ਨਹੀਂ ਸੀ ਨਾ ਜੀ ਗੁਰੂ ਜੀ ਦੇ ਬਾਣੀ ਦੀ ਕਿਰਪਾ ਨਾਲ ਉਹ ਵੀ ਟਿਕਣ ਲੱਗ ਪਿਆ ਜੀ ਆਨੰਦਪੁਰ ਸਾਹਿਬ ਹੋਲਾ ਮੱਲਾ ਚੱਲ ਰਿਆ ਗੁਰੂ ਕੇ ਕੀਰਤਨ ਗੇ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕਰ ਰਹੇ ਆ ਤੇ ਸੁਣਨ ਵਾਲੇ ਟਿਕ ਕੇ ਸੁਣ ਰਹੇ ਆ ਤੇ ਆਨੰਦ ਬਣ ਰਹੇ ਆ ਜੀ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਮਨ ਦਰਵਿਆ ਬਾਣੀ ਸੁਨਤ ਮੇਰਾ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਗੁਰ ਬਾਣੀ ਸੁਨਤ ਮੇਰਾ ਮਨ ਭੀਨਾ ਨਿਜ ਘਰ ਆਵੇ ਗੋ 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 ਮਨ ਪੀਨਾ ਨਿਜ ਘਰ ਆਵੇ ਕੋ ਮਨ ਪੀਨਾ ਨਿਜ ਘਰ ਆਵੇ ਕੋ ਮਨ ਪੀਨਾ ਮਾਰੇ ਨਾਮੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਹੁਣ ਆਨੰਦਪੁਰ ਸਾਹਿਬ ਹੋਲਾ ਮੱਲਾ ਬੜਾ ਵੱਡਾ ਲੱਗਦਾ ਜੀ ਸਪੀਕਰ ਵੀ ਬੜੇ ਨੇ ਬੜੇ ਬੜੇ ਵੱਡੇ ਮਾਈਕ ਰਾਗੀਆਂ ਨੂੰ ਗਾਉਣ ਲੱਗਿਆਂ ਤੰਗੀ ਨਹੀਂ ਧੀ ਅੱਗੇ ਕੈਮਰੇ ਲੱਗੇ ਵਧੀਆ A1 ਵਧੀਆ ਤੋਂ ਵਧੀਆ ਗੱਡੀਆਂ ਦੀ ਸਾਡੇ ਕੋਲ ਜੀ ਪਰ ਜਦੋਂ ਉੱਤੇ ਦਰਬਾਰ ਲੱਗਦਾ ਤੇ ਵਿਰਲੇ-ਵਿਰਲੇ ਸਿੱਖ ਹੁੰਦੇ ਲੱਖਾਂ ਲੋਕ ਸੜਕਾਂ ਤੇ ਤੁਰੇ-ਫਿਰਦੇ ਆ ਮੁਆਫ ਕਰਿਓ ਉਹਨੇ ਦਰਬਾਰ ਵਿੱਚ ਬਹਿ ਕੇ ਗੁਰਬਾਣੀ ਕੀਰਤਨ ਤੇ ਕਥਾ ਨਹੀਂ ਸੁਣਦੇ ਜੀ ਸਚਾਈ ਤੇ ਤੁਸੀਂ ਵੀ ਵੇਖਦੇ ਹੋ ਗੋਗੇ ਚਾਹੀਦਾ ਤਾਂ ਇਹ ਸੀਗਾ ਜੀ ਜੋ ਬਾਜਾਂ ਵਾਲੇ ਦੇ ਵੇਲੇ ਓਲਾ ਚੱਲ ਰਿਆ ਸੀ ਹਾਂਜੀ ਲਲਤ ਲਲਤਾ ਬਿਲਾਵਲ ਜੈ ਜਾਵੰਤੀ ਹਾਂਜੀ ਗੁਜਰੀ ਆਰ ਕੇ ਮਾਚ ਤਨਵੰਤੀ ਲਲਿਤ ਰਾਗ ਬਿਲਾਵਲ ਰਾਗ ਜੈਜੈਵੰਤੀ ਗੁਜਰੀ ਕੇ ਮਾਚ ਧਾਨਵੰਤੀ ਸਾਰੇ ਰਾਗਾਂ ਦੇ ਨਾਮ ਹਨ ਜੀ ਹਾਂਜੀ ਦੀਪਕ ਪੈਰੋ ਸ਼ੁਭ ਹਿੰਡੋਲ ਹਾਂਜੀ ਗਾਵਤ ਪਰਜ ਤਿਲੰਗ ਕੋਲੋਲ ਰਾਗ ਦੀਪਕ ਰਾਗ ਪੈਰੋ ਰਾਗ ਹਿੰਡੋਲ ਜਿਹਨੂੰ ਬਸੰਤ ਹਿੰਡੋਲ ਬਾਣੀ ਚ ਲਿਖਿਆ ਜੀ ਮਾਲਕੌਂਸ ਕਲਿਆਣ ਕੇਦਾਰਾ ਗਾਵਤ ਪਰਜ ਤਿਲੰਗ ਕੋਲੋਲ ਤਿਲੰਗ ਰਾਗ ਫਿਰ ਸਾ ਸੰਗਤ ਦੀ ਹਿੰਡੋਲ ਪਰਜ ਇਹ ਸਾਰੇ ਰਾਗਾਂ ਵਿੱਚ ਗੁਰੂ ਕੇ ਸਿੱਖ ਕੀਰਤਨ ਕਰਦੇ ਜੀ ਹਾਂਜੀ ਮਾਲਕੌਂਸ ਕਲਿਆਣ ਕੇਦਾਰਾ ਮਾਲਕੌਂਸ ਰਾਗ ਕਲਿਆਣ ਰਾਗ ਕੇਦਾਰਾ ਰਾਗ ਗੌਂਡ ਤੁਖਾਰੀ ਮੇਘ ਉਧਾਰਾ ਰਾਗ ਗੌਂਡ ਰਾਗ ਤੁਖਾਰੀ ਰਾਗ ਮੇਗ ਹਾਂਜੀ ਮਾਲਸਰੀ ਸੋਬਸੰਤ ਬਿਹਾਰਗ ਰਾਗ ਮਾਲਸਰੀ ਜਿਹਨੂੰ ਮਾਲਸਰੀ ਵੀ ਕਹਿੰਦੇ ਸੀਗੇ ਜੀ ਤੇ ਰਾਗ ਬਸੰਤ ਰਾਗ ਬਿਹਾਗੜਾ ਅਰ ਸੁਗਰਈ ਰਾਗ ਅਨੁਰਾਗ ਹਾਂ ਹੋਰ ਸੁਗਰਈ ਰਾਗ ਬੜੇ ਪ੍ਰੇਮ ਨਾਲ ਗੁਰੂ ਕੇ ਕੀਰਤਨੀਆਂ ਗਾਉਂਦੇ ਸੀਗੇ ਜੀ ਹਾਂਜੀ ਇਤੇ ਆਦਿਕ ਰਾਗਨ ਕੋ ਗਾਵੇਂ ਇਸ ਤਰੀਕੇ ਨਾਲ ਰਾਗਾਂ ਦੇ ਵਿੱਚ ਗੁਰਬਾਣੀ गा ਰਹੇ ਨੇ ਸਾ ਸੰਗਤ ਜੀਓ ਮਿਲ ਮਿਲ ਗੁਣੀ ਮੋਦ ਉਪਜਾਵੇ ਗੁਣੀ ਲੋਕ ਬੈਠਦੇ ਆ ਮਿਲਦੇ ਆ ਸੁਣਦੇ ਵੇਖਦੇ ਇੱਕ ਦੂਜੇ ਨੂੰ ਤੇ ਆਨੰਦ ਪੈਦਾ ਹੁੰਦਾ ਜੀ ਖੁਸ਼ ਹੁੰਦੇ ਜੀ ਹੁਣ ਵੀ ਵੇਖੋ ਜਦੋਂ ਸੰਪਰਦਾਵਾਂ ਖਾਲਸਾ ਸਾਰਾ ਇਕੱਠਾ ਹੁੰਦਾ ਉਹ ਲਿਮ ਲੇਤੇ ਇੱਕ ਦੂਜੇ ਨੂੰ ਮਿਲਦੇ ਆ ਤੇ ਸਾਰੇ ਬੜੇ ਖੁਸ਼ ਹੁੰਦੇ ਨੇ ਜੀ ਹਾਂਜੀ ਜਹਾਜ ਜਹਾ ਬੈਠਣ ਗੁਰਥਾਨ ਜਿੱਥੇ ਜਿੱਥੇ ਸਤਿਗੁਰਾਂ ਦੇ ਬੈਠਣ ਦੇ ਸਥਾਨ ਸਨ ਵੀ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਵੀ ਬੈਠਦੇ ਐ ਸੱਤੇ ਪਾਤਸ਼ਾਹ ਦਮਦਮਾ ਉੱਚੀ ਥਾਂ ਤੇ ਵੀ ਬੈਠਦੇ ਐ ਹੋਰ ਵੀ ਜਿੱਥੇ ਬਾਗ ਵਿੱਚ ਮਹਾਰਾਜ ਬੈਠਦੇ ਜਿੱਥੇ ਜਿੱਥੇ ਗੁਰੂ ਜੀ ਆ ਕੇ ਬੈੰਦੇ ਸਨ ਤਹਾਂ ਲਾਇਕ ਐ ਅਦਿਕ ਦੀਵਾਨ ਉੱਥੇ ਉੱਥੇ ਗੁਰੂ ਕੇ ਸਿੱਖ ਬੈਠੇ ਬਾਣੀ ਪੜ ਰਹੇ ਸੀਗੇ ਜੀ ਵੀ ਜਦੋਂ ਮਹਾਰਾਜ ਇੱਧਰ ਆਉਣਗੇ ਆਪਾਂ ਮਹਾਰਾਜ ਦੇ ਮੁੱਖੋਂ ਬਚਨ ਸੁਣਾਂਗੇ ਸੰਗਤ ਕਣੀ ਪਈ ਤਬ ਆਏ ਬਹੁਤ ਜ਼ਿਆਦਾ ਸੰਗਤ ਹੋਲੇ ਉੱਤੇ ਸਤਿਗੁਰੂ ਜੀ ਦੇ ਚਰਨਾਂ 'ਚ ਪਹੁੰਚੀ ਬਜੇ ਮਿਰਦੰਗਨ ਧੁਨੀ ਸੁਹਾਏ ਮਿਰਦੰਗ ਵੱਜਦਾ ਜੀ ਮਿਰਦੰਗ ਦੀ ਇੱਕ ਢੋਲ ਹੁੰਦਾ ਢੋਲ ਕੀ ਹੁੰਦੀ ਹੈ ਉਹਰ ਤੋਂ ਵੱਡਾ ਹੁੰਦਾ ਜੀ ਮਿਰਦੰਗ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਿਰਦੰਗ ਵੱਜਦਾ ਉਹਦੀ ਧੁੰਨ ਉੱਠਦੀ ਹੈ ਹਾਂਜੀ ਦਰਸ਼ਨ ਕਾਹੋ ਚਾਹਤ ਕਹ ਡੇਰਾ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਤੰਬੂ ਲਾ ਕੇ ਪਹਿਲਾਂ ਹੀ ਆ ਕੇ ਬੈਠੀਆਂ ਸਨ ਧੀਰ ਆਨੰਦਪੁਰ ਪਈ ਘਨੇਰੇ ਆਨੰਦਪੁਰ ਸਾਹਿਬ ਵਿੱਚ ਜਿੰਨੇ ਰਸਤੇ ਸਨ ਨਾ ਆਨੰਦਪੁਰ ਨੂੰ ਆਉਣ ਵਾਲੇ ਸਾਰੇ ਰਸਤਿਆਂ 'ਚ ਭੀੜ ਹੋ ਗਈ ਦੀ ਸੰਗਤਾਂ ਆ ਰਹੀਆਂ ਨੇ ਜੀ ਹਾਂਜੀ ਮਹਾ ਕੁਲਾਹਲ ਜੈ ਕਹਿ ਹੋਵਤ ਜਿੱਥੇ ਕਿੱਥੇ ਨਹੀਂ ਬਸ ਇੱਕ ਦੂਜੇ ਨੂੰ ਮਿਲਣ ਦੀਆਂ ਗੱਲਾਂ ਬਾਤਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਸੰਗਤ ਮਿਲੈ ਪਰਸ ਪਰ ਜੋਵਤ ਸੰਗਤਾਂ ਆਪਸ ਵਿੱਚ ਮਿਲ ਰਹੀਆਂ ਨੇ ਕਈ ਤਾਂ ਇਹੋ ਜਿਹੇ ਸੀਗੇ ਉਹਨਾਂ ਨੂੰ ਪਤਾ ਸੀ ਵੀ ਹਰ ਸਾਲ ਆਏ ਸਾਲ ਹੋਲੇ ਤੇ ਹੀ ਮਿਲਣਾ ਸੀ ਉਹ ਸਾਰੇ ਮਿਲ ਰਹੇ ਨੇ ਹਾਂਜੀ ਬੰਦਾ ਕੁਸ਼ਲ ਪਰੇਸ਼ਾਨ ਕੋ ਕਰੇ ਇੱਕ ਦੂਜੇ ਨੂੰ ਰਾਜੀ ਖੁਸ਼ੀ ਪੁੱਛਦੇ ਆ ਹਾਂਜੀ ਦੂਰ ਦੂਰ ਕੇ ਮਿਲ ਹਿਤ ਧਰੈ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਇੱਕ ਦੂਜੇ ਨੂੰ ਮਿਲ ਰਹੇ ਨੇ ਸਾਚੋ ਸਾਖ ਜਾਨ ਗੁਰ ਭਾਈ ਹਾਂ ਗੁਰ ਭਾਈ ਹੋਣਾ ਇਸ ਸੱਚਾ ਸਾਖ ਐ ਆਖੋ ਵਾਹਿਗੁਰੂ ਸਾਖ ਕਹਿੰਦੇ ਰਿਸ਼ਤੇਦਾਰੀ ਨੂੰ ਹਾਂਜੀ ਸੱਚੀ ਰਿਸ਼ਤੇ ਦੇ ਸੰਗਤ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਤੇ ਬਿਲਕੁਲ ਸੱਚ ਮੰਨਿਓ ਇਸ ਗੱਲ ਨੂੰ ਜਿੰਨੇ ਤੁਸੀਂ ਰੋਜ਼ ਆ ਕੇ ਬੈਠਦੇ ਹੋ ਆ ਕੇ ਇਕੱਠਿਆਂ ਬੈਠ ਕੇ ਗੋਡੇ ਨਾਲ ਗੋਡਾ ਜੋੜ ਕੇ ਕਥਾ ਸੁਣਦੇ ਹੋ ਕਦੀ ਕਹੇ ਰਿਸ਼ਤੇਦਾਰ ਨਾਲ ਇੰਜ ਰੋਜ਼ ਬੈਠੇ ਨਹੀਂ ਆਪਾਂ ਦੀ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਸੰਗਤ ਦਾ ਰਿਸ਼ਤਾ ਸੱਚਾ ਹੈ ਸੰਗਤ ਦਾ ਰਿਸ਼ਤਾ ਸੱਚਾ ਹੈ ਇੱਥੇ ਕੋਈ ਜਾਤ ਨਹੀਂ ਚੱਲਦੀ ਇੱਥੇ ਸਿਰਫ ਗੁਰੂ ਤੇ ਗੁਰੂ ਕੀ ਬਾਣੀ ਗੁਰੂ ਤੇ ਗੁਰੂ ਕੇ ਸਿੱਖ ਸੋ ਕਹਿੰਦੇ ਆ ਸਾਚੋ ਸਾਕ ਜਾਨ ਗੁਰ ਭਾਈ ਸਿੱਖ ਕਹਿੰਦੇ ਆ ਆਪਾਂ ਭਰਾ ਆਂ ਸਾਰੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹਾਂਜੀ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਹਾਂਜੀ ਬੈਠ ਪਰਸਪਰ ਪ੍ਰੀਤ ਵਧਾਈ ਬੈਠਦੇ ਆ ਸਾਤ ਸੰਗਤੀ ਪ੍ਰੇਮ ਵੱਧਦਾ ਜੀ ਹਾਂਜੀ ਨਿਕਸ਼ੈ ਵੇਹਰ ਪ੍ਰੀ ਪ੍ਰਤੀਖਤ ਗੁਰ ਕੋ ਨਾਲੇ ਉਡੇਕ ਤੇ ਵੀ ਕਦੋਂ ਬਾਜਾਂ ਵਾਲੇ ਬਾਹਰ ਆਉਣਗੇ ਜਦੋਂ ਬਾਜਾਂ ਵਾਲੇ ਤਿਆਰ ਬਰ ਤਿਆਰ ਹੋ ਕੇ ਬਾਹਰ ਆਉਣਗੇ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ ਦਰਸ਼ਨ ਕਰਨ ਮਨੋਰਥ ਉਰ ਕੋ ਮੈਂ ਇੱਕੋ ਹੀ ਇੱਛਾ ਹੁੰਦੀ ਸੀ ਵੀ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ ਕੇਤਕ ਕਰਤ ਪਾਠ ਗੁਰਬਾਨੀ ਕਈ ਫਿਰ ਉਡੀ ਕਹਿੰਦੇ ਤੇ ਨਾਲ-ਨਾਲ ਗੁਰਬਾਣੀ ਦਾ ਪਾਠ ਵੀ ਕਰਦੇ ਜੀ ਕੋਈ ਜਪਜੀ ਸਾਹਿਬ ਪੜਦਾ ਕੋਈ ਸੁਖਮਨੀ ਸਾਹਿਬ ਪੜਦਾ ਕੋਈ ਆਸਾ ਦੀ ਵਾਰ ਪੜਦਾ ਹੰਕੇ ਚਿਤ ਅਰਥਨ ਕਰਤ ਵਖਾਨੀ ਉਹ ਗੁਰੂ ਕੇ ਸਿੱਖ ਬੈਠੇ ਫਿਰ ਆਪਸ ਵਿੱਚ ਕਈ ਅਰਥ ਵੀ ਕਰਦੇ ਵੀ ਆ ਫਲਾਣੀ ਪੰਕਤੀ ਦਾ ਕੀ ਅਰਥ ਹੈ ਇਸ ਪੰਕਤੀ ਦਾ ਕੀ ਅਰਥ ਕਰਨੀ ਚਾਹੀਦੀ ਵਿਚਾਰ ਦੀ ਹਾਂਜੀ ਕੇਚਤ ਸੁਣ ਕਮਾਵਹਿ ਕੇ ਕਈਤ ਬਸ ਗੱਲ ਨਹੀਂ ਕਰਦੇ ਪਿਆਰ ਨਾਲ ਬਾਣੀ ਸੁਣਦੇ ਹੀ ਹੈ ਕਈ ਫਿਰ ਉਹਦੀ ਕਮਾਈ ਵੀ ਕਰਦੇ ਆ ਜੀ ਹਾਂਜੀ ਕੇਚਤ ਸਤਨਾਮ ਸਿਮਰੈ ਪਰ ਕਈ ਮਾਲਾ ਫੜ ਕੇ ਜਪਨਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਂਜੀ ਕੇਚਤ ਅਰਥਨ ਪਠ ਸੰਬਧ ਹੈ ਕਈ ਅਰਥ ਪੜਦੇ ਆ ਸੰਵਾਦ ਕਰਦੇ ਅੱਜਕੱਲ ਤੇ ਤਰਕ ਕਰਦੇ ਨਾ ਜੀ ਸੰਵਾਦ ਸਿਆਣੇ ਬੰਦੇ ਕਰਦੇ ਜੀ ਖਾਲਸਾ ਇਕੱਠਾ ਹੋਇਆ ਜੀ ਗੁਰੂ ਕੇ ਸਿੱਖ ਇਕੱਠੇ ਹੋਏ ਆ ਉਹ ਸੰਵਾਦ ਕਰਦੇ ਆ ਸੋਹਣੀ ਗੱਲਬਾਤ ਕਰਦੇ ਆ ਹਾਂਜੀ ਕੇਤਕ ਸਰਾਹਤ ਪ੍ਰਾਪਤ ਸਾਧ ਹੈ ਕਈ ਫਿਰ ਬਾਣੀ ਪੜਨ ਦਾ ਸਵਾਦ ਲੈਂਦੇ ਆ ਸਵਾਦ ਲੈਂਦੇ ਕਈ ਛਲਗਾ ਕਰਦੇ ਰਸ ਲੈਂਦੇ ਕਈ ਬਾਣੀ ਦਾ ਅਧਿਕ ਰੰਗ ਸੰਗਤ ਮੈਂ ਹੋਤ ਬੜਾ ਰੰਗ ਵੱਜਾ ਕੇ ਬੜਾ ਪ੍ਰੇਮ ਵੱਜਾ ਸੰਗਤ ਵਿੱਚ ਕਰ ਕਰ ਪੰਗਤ ਆਨੰਦ ਉਦੋਤ ਪੰਗਤਾਂ ਬਣਾ ਬਣਾ ਕੇ ਬੈਠੇ ਕੋਈ ਬਾਣੀ ਪੜ ਰਿਆ ਕੋਈ ਕੀਰਤਨ ਕਰ ਰਿਆ ਕੋਈ ਸੁਣ ਰਿਆ ਕੋਈ ਅਰਥ ਦੀ ਵਿਚਾਰ ਕਰ ਰਿਆ ਕੋਈ ਵੈਸੇ ਹੀ ਸੰਵਾਦ ਕਰ ਰਿਆ ਜੀ ਹਾਂਜੀ ਕਰੈ ਤੇ ਹਾਵਲ ਬਹੁਤਨ ਕੀ ਰਾ ਤੇ ਬਹੁਤੀ ਮਾਇਆ ਖਰਚ ਕੇ ਕੜਾ ਪ੍ਰਸ਼ਾਦ ਗੁਰੂ ਕੇ ਸਿੱਖ ਕਰਾ ਰਹੇ ਨੇ ਗੁਰ ਅਰਦਾਸ ਉਚਰ ਤਿਸਵੇਰਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਹੁੰਦੀ ਹੈ ਹਾਂਜੀ ਸਿੱਖ ਜੋਰ ਕਰ ਹੋਏ ਸਮੁਦਾਈ ਹਾਂਜੀ ਇੱਕ ਸਮ ਬਾੰਟ ਵੰਟ ਕਰ ਖਾਈ ਸੋ ਇੱਕ ਬਰਾਬਰ ਕੜਾ ਪ੍ਰਸ਼ਾਦ ਸਭ ਨੂੰ ਵਰਤਦਾ ਹੋਲਾ ਮੱਲਾ ਮਹਾਰਾਜ ਸੱਚੇ ਪਾਤਸ਼ਾਹ ਮਨਾ ਰਹੇ ਐ ਸ਼ਸਤਰਾਂ ਦੀ ਵੀ ਗੱਲ ਚੱਲੇਗੀ ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ ਸੱਚੇ ਪਾਤਸ਼ਾਹ ਮੇਰ ਕਰਨ ਅੱਜ ਗੁਰੂ ਕੇ ਸਿੱਖ ਅਜੇ ਬਾਣੀ ਦਾ ਕੀਰਤਨ ਕਰਦੇ ਐ ਸਤਗੁਰੂ ਮੇਰ ਕਰਨ ਪੜੋ ਪੰਗਤੀ गुरबाणी सुनत मेरा मन द्रव्या 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 ਮਨ ਪੀਨਾ ਨਿਜ ਘਰ ਆਵੇ ਗੋ ਮਨ ਮਨ ਪੀਨਾ ਨਿਜ ਘਰ ਆਵੇ ਗੋ ਮਨ ਪੀਨਾ ਮਨ ਪੀਨਾ ਨਿਜ ਘਰ ਆਵੇ ਗੋ ਮਨ ਪੀਨਾ ਨਿਜ ਘਰ ਆਵੇ ਗੋ ਮਨ ਪੀਨਾ ਮਨ ਭੀਨਾ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ 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 ਸਾਰੇ ਬੋਲੋ ਸਾਰੇਆਂ ਦੀ ਬਾਤ ਨਹੀਂ ਆਉਂਦੀ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਮਨ ਭੀਨਾ ਨਿਜ ਘਰ ਆਵੈ ਗੋ ਮਨ ਮਨ ਪੀਨਾ ਨਿਜ ਘਰ ਆਵੇ ਕੋ ਮਨ ਪੀਨਾ ਨਿਜ ਘਰ ਆਵੇ ਕੋ ਮਨ ਪੀਨਾ ਕਰ ਆਵੇ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਗੁਰ ਬਾਣੀ ਸੁਨਤ ਮੇਰਾ ਮਨ ਦਰਬਿਆ ਮਨ ਭੀਨਾ ਨਿੱਧ ਘਰ ਆਵੇ ਗੋ ਸਤਿਗੁਰੂ ਜੀ ਮਿਹਰ ਕਰਨ ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗਾ ਹੌ ਲਮ ਲਾ ਚੱਲ ਰਿਹਾ ਕੀ ਕੀ ਬਣਦਾ ਕੱਲ ਸੁਣਾਗੇ ਭੁੱਲਾਂ ਦੀ ਮਾਫੀ ਗੱਜ ਕੇ ਫਤਿਹ ਬਲਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ